SGF ਪੁਲਿਸ ਨੇ ਨਸ਼ਾ ਖਿਲਾਫ ਵੱਡੀ ਮੁਹਿੰਮ ਦੇ ਤਹਿਤ 560 ਗ੍ਰਾਮ ਹੈਰੋਇਨ ਦੇ ਨਾਲ 22000 ਰੁਪਏ ਦੀ ਡਰਗ ਮਨੀ ਅਤੇ ਇੱਕ ਐਕਟਿਵਾ ਸਣੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। SGF ਅਤੇ ਪੁਲਿਸ ਪਾਰਟੀ ਨੇ ਇਹਨਾਂ ਨੂੰ ਸੁੰਦਰ ਨਗਰ ਰਾਹੋ ਰੋਡ ਤੋਂ ਕਾਬੂ ਕੀਤਾ ਹੈ। ਸੂਤਰਾਂ ਅਨੁਸਾਰ ਆਰੋਪੀਆਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ 2,70,00,000 ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਸੁਣੋ SGF ਲੁਧਿਆਣਾ ਇੰਚਾਰਜ ਹਰਬੰਸ ਸਿੰਘ ਨੇ ਕੀ ਕਿਹਾ। SGF ਪ੍ਰੇਰਿਤ KSI ਰਾਮਪਾਲ ਜੀ ਨੇ ਸੁੰਦਰ ਨਗਰ ਚੌਂਕ ਦੇ ਵਿੱਚ ਮੋਹਰੀ ਦੇ ਆਧਾਰ ਤੇ ਦੋ ਆਰੋਪੀ ਅਨਿਕੇਤ ਇਹਨੂੰ ਸੁੰਦਰ ਨਗਰ ਚੌਂਕ ਦੇ ਵਿੱਚੋਂ ਐਕਟਿਵਾ ਸਮੇਤ ਕਾਬੂ ਕਰਕੇ ਜਦੋਂ ਮਾਨਯੋਗ 560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ ਦਾ TV NRI।